ਹਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਵਾਲੇਕਮ ਭਾਈ। ਅੱਜ ਤੁਹਾਡਾ ਭਾਈ ਸ਼ਾਹਦ ਮਹਿਮੂਦ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਸਪੈਸ਼ਲ ਤੁਹਾਡੀ ਫਰਮਾਇਸ਼ 'ਤੇ MF 135 74 ਮਾਡਲ ਹੈ। ਮਾਡਲ ਦੇ ਹਿਸਾਬ ਨਾਲ ਗੱਡੀ ਬੜੀ ਪਿਆਰੀ, ਜੇ ਤੁਹਾਡਾ ਦਿਲ ਖੁਸ਼ ਹੋ ਜਾਏਗਾ ਗੱਡੀ ਵੇਖ ਕੇ। ਅਤੇ ਇਹ ਗੱਡੀ ਦੇ ਆਨਰ ਬੋਸ ਆਪਣੇ ਕੋਲ ਖਲੋਤੇ ਨੇ, ਇਹਨਾਂ ਦੀ ਇਹ ਗੱਡੀ ਹੈਗੀ ਭਾਅ ਜੀ, ਅਤੇ ਇਹਨਾਂ ਨਾਲ ਜ਼ਰਾ ਗੱਲਬਾਤ ਕਰਨੇ ਆ। ਅਸਲਾਮ ਵਾਲੇਕਮ ਭਾਈ। ਵਾਲੇਕੁਮ ਅਸਲਾਮ ਜੀ। ਸਰ ਆਪਣਾ ਨਾਂ ਕੀ ਹੈ? ਮੁਹੰਮਦ ਅਹਿਸਾਨ ਸਾਹਿਬ। ਭਾਅ ਜੀ ਇਹ ਜਿਹੜੀ ਗੱਡੀ ਹੈ 74 ਮਾਡਲ, ਸਭ ਤੋਂ ਪਹਿਲੇ ਪੁੱਛਾਂਗੇ ਵੀ ਯਾਰ ਜੈਨੀਅਨ ਕਿਲ ਕਾਬਲੇ ਦੇ ਵਿੱਚ ਆ ਜਾਂ ਸਾਰਾ ਕੁਝ ਦੁਬਾਰਾ? ਨਹੀਂ ਜੀ, ਜੈਨੀਅਨ ਕਿਲ ਕਾਬਲੇ ਚ ਜੀ, 6 ਮਾਡੀ ਗਾਰਡ ਟਚਿੰਗ ਨੇ, ਬਾਕੀ ਟੋਟਲ ਟਰੈਕਟਰ ਜੈਨੂਇਨ ਹੈ। 10 ਤੇ ਕ੍ਰੈਂਕ ਜੀ, ਜੈਨੂਇਨ ਕਾਪੀ ਹੈ, 74 ਮਾਡਲ ਜੀ, ਇੰਜਨ ਪੂਰਾ ਜੀ, ਪਿੱਛੋਂ ਨੱਕਾ ਛੱਕਾ ਸਾਫ ਜੇ, ਰਿਮਾਂ ਦਾ ਸਾਫ ਜੇ, ਸਾਫ ਸੁਥਰਾ ਟਰੈਕਟਰ ਹੈ, ਕਿਲ ਕਾਬਲੇ ਵਾਲਾ ਸਾਫ ਸੁਥਰਾ ਹੈ, ਵਗਨ ਵਗਨ ਦੇ ਕਾਬਲ ਹੈ, ਹਰ ਲਿਹਾਜ਼ ਨਾਲ ਫਿੱਟ ਹੈ। ਮਿਹਰਬਾਨੀ ਸਰ, ਤੁਸੀਂ ਸਾਨੂੰ ਸਾਰੀ ਗੱਡੀ ਦੱਸ ਦਿੱਤੀ, ਹੁਣ ਸਰ ਇਹਨੂੰ ਅਸੀਂ ਕੈਮਰੇ ਦੇ ਵਿੱਚ ਆਪਣੇ ਭਰਾਵਾਂ ਨੂੰ ਵਿਖਾ ਲਈਏ। ਇਹ ਦੇਖ ਲਓ ਜੀ, ਕ੍ਰੈਂਕ 10 ਤੇ ਹਰ ਕਿਲ ਕਾਬਲਾ ਜਿਹੜਾ ਉਹ ਕਹਿੰਦੇ ਜੈਨੀਅਨ ਹੈਗਾ, ਸਿਰਫ ਇਹ ਰੰਗ ਜਿਹੜਾ ਇਹ ਟਚਿੰਗ ਹੈਗਾ ਜੀ। ਇਹ ਦੇਖ ਲਓ ਜਿਹੜੇ 35 ਹੈ ਨਾ, 35 ਦਾ ਸਿਰਫ ਕਿਲ ਕਾਬਲਾ ਜੈਨੀਅਨ ਹੋਵੇ ਨਾ, ਤੇ ਭਾਜੀ ਸਾਰਾ ਕੁਝ ਬੈਸਟ ਹੀ ਬੈਸਟ ਹੈਗਾ ਜੀ। ਇਹ ਦੇਖ ਲਓ, ਇਹ ਪੂਰੇ ਟਰੈਕਟਰ ਦੀ ਲੁੱਕ ਇਹ ਜੇ ਤੁਹਾਡੇ ਸਾਹਮਣੇ ਆ, ਇਹ ਦੀ ਲੁੱਕ ਹੈਗੀ ਜੇ। ਰਿਮ ਵੀ ਲੱਗਦਾ ਬੇਦਾਗ ਨੇ, ਕੋਈ ਦਾਗ ਸ਼ਾਗ ਕੋਈ ਨਹੀਂ ਰਿਮਾਂ ਦੇ ਵਿੱਚ। ਇਹ ਦੇਖ ਲਓ ਸਾਫ ਰਿਮ ਨੇ, ਟਾਇਰ ਵੇਖ ਲਓ ਭਾਈ ਕਿੰਨੇ ਕਿੰਨੇ ਨੇ। ਇਹ ਦੇ ਇੰਜਣ ਦਾ ਜ਼ਰਾ ਕਲੋਜ਼ ਅਪ ਹੈਗਾ ਜੇ, ਗੇਅਰ ਬਕਸਾ ਕਹਿੰਦੇ ਨੇ ਭਾਜੀ ਓਕੇ ਤੇ ਆ, ਬਿਲਕੁਲ ਦਾਣੇ ਤੇ ਕਹਿ ਰਹੇ ਨੇ ਭਾਈ। ਇਹ ਜਾਲੀ ਵੇਖ ਲਵੋ ਇੱਦਾਂ ਆ, ਤੇ ਨਾ ਹੀ ਇਹਨੂੰ ਸਰਵਿਸ ਹੋਈ ਹੈ, ਨਾ ਹੀ ਇਹਨੂੰ ਤੇਲ ਸ਼ੇਲ ਵੱਜਿਆ ਹੋਇਆ, ਬਿਲਕੁਲ ਜਿੱਦਾਂ ਕੰਮ ਕਰਦੀ ਆਈ ਗੱਡੀ ਉਦਾਂ ਹੀ ਗੱਡੀ ਹੈ। ਇਹ ਵੇਖ ਲਓ, ਕੋਈ ਸਪੈਸ਼ਲ ਤਿਆਰ ਕਰਕੇ ਨਹੀਂ ਖਿਲਾਰੀ ਗੱਡੀ, ਵੀ ਵੀਡੀਓ ਵਾਸਤੇ ਗੱਡੀ ਨੂੰ ਤਿਆਰ ਕਰਕੇ ਖਿਲਾਰੀਏ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਅੰਦਰਲੇ ਪਾਸੇ ਦੇ ਰਿਮਾਂ ਨੂੰ ਨਜ਼ਰ ਮਾਰ ਲਓ, ਇਹ ਦੇਖ ਲਓ ਬਹੁਤ ਸਾਫ਼ ਸੁਥਰੀ ਗੱਡੀ ਯਾਰ, ਬਹੁਤ ਵਧੀਆ ਗੱਡੀ ਹੈ। ਮਾਡਲ ਦੇ ਹਿਸਾਬ ਨਾਲ ਭਾਅ ਜੀ ਇਹਨੂੰ ਬਹੁਤ ਵਧੀਆ ਗਿਣਿਆ ਜਾਏਗਾ। ਨੱਕਾ ਨੁੱਕਾ ਸਾਫ਼ ਹੈਗਾ ਜੀ, ਬਾਕੀ ਵਿਲੈਤੀ ਵਿਲੈਤੀ ਹੈ ਕਹਿੰਦੇ ਨੇ। ਤੇ ਯਾਰ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰਦੇ ਹਾਂ, ਡਿਮਾਂਡ ਯਕੀਨ ਜਾਣੋ ਤੁਹਾਡਾ ਦਿਲ ਖੁਸ਼ ਹੋ ਜਾਏਗਾ। ਮੈਨੂੰ ਲੱਗਦਾ ਵੀ ਮੇਰੇ ਜਿਹੜੇ ਨਾ ਬੰਦੇ 35 ਲੱਭਦੇ ਫਿਰਦੇ ਸੀ ਨਾ, ਉਹਨਾਂ ਵਾਸਤੇ ਲਾਜਵਾਬ ਗੱਡੀ ਹੈਗੀ ਜੇ। ਇਹਦੀ ਡਿਮਾਂਡ ਹੈਗੀ ਜੇ 74 ਮਾਡਲ ਦੀ 1,85,000। ਔਰ ਯੈਸ ਜਾਂ ਨੋ, ਬਹਿਸ ਔਰ ਇੱਦਾਂ ਦਾ ਕੋਈ ਚੱਕਰ ਨਹੀਂ ਹੋਏਗਾ, ਯੈਸ ਜਾਂ ਨੋ। ਇਹਦੇ ਵਿੱਚ ਇਹ ਨਹੀਂ ਕਹਿਣਾ ਬਈ ਇੰਨੇ ਘੱਟ ਤੇ ਇੰਨੇ ਵੱਧ, ਭਾਜੀ ਯੈਸ ਨੋ ਵਾਲਾ ਰੇਟ ਦਿੱਤਾ ਹੈਗਾ ਜੇ ਤੁਹਾਨੂੰ। ਤੇ ਨੰਬਰ ਹੁਣ ਸੁਣਾਉਂਦੇ ਹਾਂ ਤੁਹਾਨੂੰ ਟਰੈਕਟਰ ਦੀ ਆਵਾਜ਼, ਐਲ ਦੇਖ ਲਓ ਜੀ।
ਪਹਿਲੇ ਸਲਫ ਤੋਂ ਸਟਾਰਟ ਹੋ ਗਿਆ।